ਅੱਖਾਂ ਮੀਟ ਕੇ ਡਾਂਗ ਨਾ ਮਾਰ ਦਈਏ, ਦੁੱਧ ਪੀ ਕੇ ਜਿਹੜੀ ਗਾਂ ਛੱਡੀ ਹੋਵੇ, ਮੂੰਹ ਚੱਕ ਕੇ ਗੋਤ ਨਾ ਲਿਖ ਦਈਏ। ਗੋਤ ਬਾਪੂ ਜੀ ਅੰਗਰੇਜ਼ੀ ਵਾਲੇ ਕਹਿੰਦੇ ਸਰਨੇ, ਜਿਵੇਂ ਕੋਈ ਗਰੇਵਾਲ, ਕੋਈ ਧਾਲੀਵਾਲ, ਅਟਵਾਲ, ਖਰੌੜ, ਗਿੱਲ। ਮੂੰਹ ਚੱਕ ਕੇ ਗੋਤ ਨਾ ਲਿਖ ਦਈਏ, ਜਿਹੜੀ ਸਹੁਰਿਆਂ ਨੇ ਦਿੱਤੀ ਕੱਢੀ ਹੋਵੇ। ਉਸ ਧੀ ਨੂੰ ਤਾਂ ਨਾ ਕਦੇ ਮਾਰੀਏ ਨਾ, ਉਸ ਧੀ ਨੂੰ ਤਾਂ ਨਾ ਕਦੇ ਮਾਰੀਏ ਨਾ, ਓਏ ਜਿਹੜੀ ਧੀ ਦਾਜ ਪਿੱਛੇ ਛੱਡੀ ਹੋਵੇ। ਤੇ ਉਸ ਗੱਲ ਨੂੰ ਗੱਲ ਹੀ ਸਮਝ ਲਖਿਆ, ਆ ਜਿਹੜੀ ਪਿੱਠ ਪਿੱਛੇ ਹਾਸੇ ਵਿੱਚ ਕੱਢੀ ਹੋਵੇ। ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਚੰਗਾ ਨਹੀਂ ਹੁੰਦਾ, ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਚੰਗਾ ਨਹੀਂ ਹੁੰਦਾ। ਮੈਲਿਆਂ ਕੱਪੜਿਆਂ ਵਾਲਾ ਵੀ ਕੋਈ ਗੰਦਾ ਨਹੀਂ ਹੁੰਦਾ। ਅਵਤਾਰ ਵੀਰਾ ਕਨੇਡਾ, ਹਰਜੀਤ ਵੀਰਾ ਕਨੇਡਾ। ਅੱਛਾ, ਇਸ ਪਿੰਡ ਦੇ ਕਨੇਡਾ ਬਹੁਤ ਹੈ ਮੁੰਡੇ, ਹੈਨਾ। ਚਲੋ ਮਾਲਕ ਤਰੱਕੀਆਂ ਦਾ। ਬਿਨਾਂ ਮਿੱਠੀ ਬੋਲੀ ਤੋਂ ਕੋਈ ਵੀ ਧੰਦਾ ਨਹੀਂ ਹੁੰਦਾ, ਤੇ ਬਿਨਾਂ ਦੌਣ ਤੋਂ ਲਖਿਆ ਅੱਜ ਕੱਲ ਮੰਜਾ ਨਹੀਂ ਹੁੰਦਾ। ਰਾਜਨੀਤੀਆਂ ਨੂੰ ਯਾਰ ਖਾ ਲਿਆ ਧੰਦਿਆਂ ਨੇ, ਤੇ ਧਰਮ ਨੂੰ ਮਾਰ ਦਿੱਤਾ ਧਰਮੀ ਹੀ ਬੰਦਿਆਂ ਨੇ। ਕਦੇ ਨਾ ਕਦੇ ਉਹ ਕੰਮ ਆ ਜਾਂਦੇ ਬੰਦੇ ਜਿਹੜੇ ਲੱਗਦੇ ਫਜ਼ੂਲ ਹੁੰਦੇ ਨੇ। ਸਿੱਖ ਲਓ ਤੁਸੀਂ ਵੀ ਕੁਝ ਜਿਉਣ ਜੋਗਿਓ, ਚੋਰਾਂ ਦੇ ਵੀ ਮਿੱਤਰ ਅਸੂਲ ਹੁੰਦੇ ਨੇ। ਸਿੱਖ ਲਓ ਤੁਸੀਂ ਵੀ ਕੁਝ ਜਿਉਣ ਜੋਗਿਓ, ਚੋਰਾਂ ਦੇ ਵੀ ਮਿੱਤਰ ਅਸੂਲ ਹੁੰਦੇ ਨੇ। ਮਾ ਇੰਦਰ ਦੇਵਤਾ ਦਿਆਲ ਹੋ ਗਿਆ। ਸੋਗਲਾ ਗੀਤ, ਲੋਕ ਗੀਤ, ਛੱਲਾ, ਬਜ਼ੁਰਗਾਂ ਵੱਲੋਂ ਬਹੁਤ ਸਾਰਾ ਆਦਰ ਸਤਿਕਾਰ ਬਾਪੂ।